ਦੇਸ਼ ਦੁਨੀਆ ਦੀ ਹਰ ਖਬਰ ਤੇ ਨਜ਼ਰ ਰੱਖਣ ਦੇ ਲਈ ਹੁਣ ਸਾਡਾ ਡੇਲੀ ਅਤੇ ਵੀਕਲੀ ਇੰਟਰਨੈਸ਼ਨਲ ਐਡੀਸ਼ਨ ਪੜ੍ਹਨ ਦੇ ਲਈ ਲੌਗਇਨ ਕਰੋ ਸਾਡੀ ਵੈਬਸਾਈਟ ਤੇ www.apnapunjabmedia.com ਤੇ ਇਸ ਦੇ ਨਾਲ ਹੀ ਤੁਸੀਂ ਇੱਥੇ ਸਾਡਾ ਈ ਪੇਪਰ ਵੀ ਪੜ੍ਹ ਸਕਦੇ ਹੋ ਤੇ ਜਲਦੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ NRI TV ਤੇ ਮੈਂ ਕਮਲਪ੍ਰੀਤ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਕਈ ਯੂਨੀਵਰਸਿਟੀਆਂ 'ਚ ਵਿਦਿਆਰਥੀਆਂ 'ਤੇ ਹਮਲੇ 'ਚ ਸੋਮਵਾਰ ਨੂੰ ਕਿਹਾ ਕਿ ਨੌਜਵਾਨਾਂ ਵੱਲੋਂ ਆਵਾਜ਼ ਚੁੱਕਣਾ ਜਾਇਜ਼ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੁਣਨ ਅਤੇ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇਣ ਦੀ ਹਿੰਮਤ ਰੱਖਣੀ ਚਾਹੀਦੀ ਹੈ। ਮੁੱਖ ਵਿਰੋਧੀ ਦਲਾਂ ਦੀ ਬੈਠਕ ਤੋਂ ਬਾਅਦ ਗਾਂਧੀ ਨੇ ਵੀ ਇਹ ਦਾਅਵਾ ਕੀਤਾ ਕਿ ਅਰਥ ਵਿਵਸਥਾ ਦੇ ਮੋਰਚੇ 'ਤੇ ਨਾਕਾਮ ਹੋਣ ਕਾਰਨ ਮੋਦੀ ਦੇਸ਼ ਦਾ ਧਿਆਨ ਭਟਕਾ ਰਹੇ ਹਨ ਅਤੇ ਲੋਕਾਂ ਨੂੰ ਵੰਡ ਰਹੇ ਨੇ। ਉਹਨਾਂ ਕਿਹਾ ਅਰਥ ਵਿਵਸਥਾ ਤੇ ਰੋਜ਼ਗਾਰ ਦੀ ਸਥਿਤੀ ਨੂੰ ਲੈ ਕੇ ਨੌਜਵਾਨਾਂ 'ਚ ਗੁੱਸਾ ਅਤੇ ਡਰ ਹੈ ਕਿਉਂਕਿ ਉਹਨਾਂ ਨੂੰ ਆਪਣਾ ਭਵਿੱਖ ਨਹੀਂ ਦਿਖਾਈ ਦੇ ਰਿਹਾ। ਸਰਕਾਰ ਦਾ ਕੰਮ ਹੈ ਦੇਸ਼ ਨੂੰ ਰਸਤਾ ਦਿਖਾਉਣਾ, ਪਰ ਇਹ ਸਰਕਾਰ ਤਾਂ ਇਸ ਤੇ ਨਾਕਾਮ ਹੁੰਦੀ ਜਾ ਰਹੀ ਹੈ। ਇਸ ਲਈ ਯੂਨੀਵਰਸਿਟੀਆਂ ਤੇ ਕਿਸਾਨਾਂ 'ਚ ਗੁੱਸਾ ਵੱਧਦਾ ਜਾ ਰਿਹਾ। ਰਾਹੁਲ ਗਾਂਧੀ ਨੇ ਕਿਹਾ ਇਸ ਸਥਿਤੀ ਨੂੰ ਠੀਕ ਕਰਨ ਦੀ ਬਜਾਏ PM ਮੋਦੀ ਧਿਆਨ ਭਟਕਾਉਣ ਅਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਸਰਕਾਰ ਦਾ ਕੰਮ ਦੇਸ਼ ਕੋ ਵਿਜ਼ਨ ਦੇਣੇ ਕਾ ਹੋਤਾ ਹੈ, ਰਾਸਤਾ ਦਿਖਾਨੇ ਕਾ ਹੋਤਾ ਹੈ। ਇਸ ਕੰਮ ਕਰਨੇ ਮੇਂ ਸਰਕਾਰ ਬਿਲਕੁਲ ਫੇਲ ਹੋ ਗਈ ਔਰ ਇਸੀ ਲਈ ਯੂਨੀਵਰਸਿਟੀਜ਼ ਮੇਂ, ਯੁਵਾਓਂ ਮੇਂ, ਕਿਸਾਨੋਂ ਮੇਂ ਗੁੱਸਾ ਬੜਤਾ ਜਾ ਰਹਾ ਹੈ। ਉਸਕੋ ਐਡਰੈਸ ਕਰਨੇ ਕੇ ਬਜਾਏ ਨਰੇਂਦਰ ਮੋਦੀ ਜੀ ਦੇਸ਼ ਕੋ ਡਿਸਟਰੈਕਟ ਕਰਨੇ ਕੀ ਕੋਸ਼ਿਸ਼ ਕਰ ਰਹੇ ਹੈ, ਦੇਸ਼ ਕੋ ਬਾਂਟਨੇ ਕੀ ਕੋਸ਼ਿਸ਼ ਕਰ ਰਹੇ ਹੈ। ਮਗਰ ਦੇਸ਼ ਕੀ ਜਨਤਾ ਸਮਝਤੀ ਹੈ ਕਿ ਨਰੇਂਦਰ ਮੋਦੀ ਜੀ ਇਕੋਨੋਮੀ ਪੇ, ਰੋਜ਼ਗਾਰ ਪੇ, ਹਿੰਦੁਸਤਾਨ ਕੇ ਫਿਊਚਰ ਪਰ ਫੇਲ ਹੋ ਗਏ ਹੈ। ਰੈਜ਼ੋਲੂਸ਼ਨ ਹਮਨੇ ਪ੍ਰਿਪੇਅਰ ਕੀਆ ਹੈ, ਡਿਟੇਲਸ ਆਪਕੋ ਯੇਚੂਰੀ ਜੀ, ਆਜ਼ਾਦ ਜੀ ਔਰ ਬਾਕੀ ਪਾਰਟੀ ਕੇ ਨੇਤਾ ਦੇਂਗੇ। ਬਟ ਮੇਨ ਮੈਸੇਜ ਇਹ ਹੈ ਕਿ ਆਜ ਜੋ ਯੁਵਾਓਂ ਕੀ ਆਵਾਜ਼ ਉੱਠ ਰਹੀ ਹੈ ਵੋ ਬਿਲਕੁਲ ਲੈਜੀਟਿਮੇਟ ਹੈ, ਉਸਕੋ ਦਬਾਇਆ ਨਹੀਂ ਜਾਣਾ ਚਾਹੀਏ ਔਰ ਸਰਕਾਰ ਕੋ ਉਸ ਆਵਾਜ਼ ਕੋ ਸੁਣਨਾ ਚਾਹੀਏ। ਮਿਸਟਰ ਨਰਿੰਦਰ ਮੋਦੀ ਸ਼ੁੱਡ ਸਟੈਂਡ ਅਪ ਐਂਡ ਹੈਵ ਦਾ ਕਰੇਜ to speak to the youngsters in these universities and tell them why the Indian economy has become a disaster, why it has become a basket case and why we have the highest unemployment in 50 years. Unfortunately, the Prime Minister does not have the guts to do this. He does not have the guts to stand in front of the students of this country and tell them, so he crushes them using the police. I challenge the Prime Minister right now to go to any of the universities, stand over there without his police, without his infrastructure and tell the people what he's going to do for this country. ਜੰਮੂ ਕਸ਼ਮੀਰ ਪੁਲਿਸ ਦੇ DSP ਦਵਿੰਦਰ ਸਿੰਘ ਨੂੰ ਦੋ ਅੱਤਵਾਦੀਆਂ ਨੂੰ ਆਪਣੀ ਕਾਰ 'ਚ ਕਸ਼ਮੀਰ ਘਾਟੀ ਲੈ ਕੇ ਜਾਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ DSP ਦਵਿੰਦਰ ਸਿੰਘ ਅੱਤਵਾਦੀਆਂ ਤੋਂ ਸਵਾਲ ਜਵਾਬ ਕਰਦੇ ਸਨ, ਪਰ ਹੁਣ ਦੋ ਮੋਸਟ ਵਾਂਟਿਡ ਅੱਤਵਾਦੀਆਂ ਨਾਲ ਗ੍ਰਿਫਤਾਰ ਹੋਣ ਤੋਂ ਬਾਅਦ ਉਹਨਾਂ ਤੋਂ ਪੁੱਛਗਿੱਛ ਕਰਨ ਪੁੱਜ ਰਹੇ ਸਾਰੇ ਅਧਿਕਾਰੀਆਂ ਦੀ ਜ਼ੁਬਾਨ 'ਤੇ ਪਹਿਲੀ ਲਾਈਨ ਹੈ, ਤੂੰ ਤੁਸੀਂ ਅਜਿਹਾ ਕਿਵੇਂ ਕਰ ਸਕਦੇ ਹੋ। ਦਰਅਸਲ DSP ਦਵਿੰਦਰ ਸਿੰਘ ਨੂੰ ਬੀਤੇ ਸ਼ਨੀਵਾਰ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਆਪਣੀ ਕਾਰ 'ਚ ਦੋ ਅੱਤਵਾਦੀਆਂ ਨੂੰ ਨਾਲ ਲੈ ਕੇ ਜੰਮੂ ਜਾ ਰਹੇ ਸਨ। ਸੀਨੀਅਰ ਪੁਲਿਸ ਅਧਿਕਾਰੀ ਨੇ DSP ਦੇ ਅੱਤਵਾਦੀਆਂ ਨਾਲ ਸੰਬੰਧਾਂ ਨੂੰ ਬਦਕਿਸਮਤੀ ਕਰਾਰ ਦਿੱਤਾ। ਅਧਿਕਾਰੀਆਂ ਮੁਤਾਬਕ ਕਾਰ 'ਚੋਂ ਰਾਈਫਲਾਂ ਵੀ ਬਰਾਮਦ ਕੀਤੀਆਂ ਗਈਆਂ। ਉਹਨਾਂ ਦੇ ਘਰ ਦੀ ਤਲਾਸ਼ੀ ਵੀ ਲਈ ਗਈ ਜਿੱਥੇ ਪੁਲਿਸ ਨੇ ਦੋ ਪਿਸਤੌਲਾਂ ਅਤੇ ਇੱਕ AK-47 ਰਾਈਫਲ ਜ਼ਬਤ ਕੀਤੀ ਹੈ। ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਹੋਇਆ ਹੈ ਕਿ DSP ਦੀ ਕਾਰ 'ਚ ਸਵਾਰ ਦੋਹਾਂ ਅੱਤਵਾਦੀਆਂ ਨਾਲ 12 ਲੱਖ ਦੀ ਡੀਲ ਹੋਈ ਸੀ। ਇਸ ਦੇ ਬਦਲੇ ਉਹ ਅੱਤਵਾਦੀਆਂ ਨੂੰ ਸੁਰੱਖਿਅਤ ਚੰਡੀਗੜ੍ਹ ਲੈ ਕੇ ਜਾਣ ਵਾਲਾ ਸੀ। ਇੰਨਾ ਹੀ ਨਹੀਂ, ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣ ਲਈ ਦਵਿੰਦਰ ਨੇ ਛੁੱਟੀਆਂ ਵੀ ਲਈਆਂ ਹੋਈਆਂ ਸਨ। ਸਭ ਤੋਂ ਪਹਿਲੇ ਮੈਂ ਕੱਲ੍ਹ ਕੇ ਆਪਰੇਸ਼ਨ ਕੇ ਬਾਰੇ ਮੈਂ ਬਤਾਨਾ ਚਾਹੂੰਗਾ। SP ਸ਼ੋਪੀਅਨ ਕੋ ਇੱਕ ਐਸਐਸਵੀ ਕਿੰਟ ਮਿਲਾ ਥਾ ਕਿ ਦੋ ਮਿਲੀਟੈਂਟ ਇੱਕ ਆਈਟਨ ਵਹੀਕਲ ਮੇਂ ਸ਼ੋਪੀਅਨ ਸੇ ਨਿਕਲੀ ਹੈ ਔਰ ਟਵਾਰਡ ਨੈਸ਼ਨਲ ਹਾਈਵੇ ਜੰਮੂ ਜਾਣਾ ਚਾਹ ਰਹਾ ਹੈ। ਕਿਉਂਕਿ ਗਾੜੀ ਫਾਸਟ ਚੱਲ ਰਹੀ ਥੀ ਤੋ SP ਸ਼ੋਪੀਅਨ ਨੇ ਮੁਝੇ ਇਤਲਾ ਕੀਆ, ਇਨਫੋਰਮ ਕੀਆ। ਮੈਨੇ DIG ਸਾਊਥ ਕਸ਼ਮੀਰ ਕੋ ਆਦੇਸ਼ ਦਿਆ ਕਿ ਆਪਣੇ ਏਰੀਆ ਨੂੰ ਨਾਕਾ ਲਗਾਏ। ਉਹਨਾਂ ਨੇ ਨਾਕਾ ਲਗਾਇਆ ਔਰ ਗਾੜੀ ਸਰਚ ਕਰਨੇ ਕੇ ਬਾਅਦ ਦੇਖਾ ਉਸਮੇ ਦੋ ਵਾਂਟਿਡ ਮਿਲੀਟੈਂਟ ਥੇ, ਉਨਕੇ ਸਾਥ ਹਮਾਰੇ ਪੁਲਿਸ ਕੇ ਇੱਕ DSP ਪਾਏ ਗਏ, ਇੱਕ ਔਰ ਰੈਸੀਡੈਂਟ ਥੇ ਜੋ ਕਿ ਐਡਵੋਕੇਟ ਹੈ ਔਰ ਹਮਾਰੇ ਲਿਸਟ ਮੇਂ OGW ਵੀ ਹੈ। ਸ਼ੋਪੀਅਨ ਰੱਖਤੇ ਅਵਸਥਾ ਉਨ ਲੋਗੋਂ ਕੋ ਇੰਟਰੋਗੇਟ ਕੀਆ ਗਿਆ। ਬਾਅਦ ਮੇਂ ਮੈਨੇ
पुलिस आर्मी CRPF IB RNW जितनी एजेंसी है सबको इकट्ठा ला के ज्वाइंट इंट्रोगेशन किया गया और अभी भी चल रहा है। और उसमें एक टॉप कमांडर HM का मिला, आप सब जानते हैं उनको, नवीद शाह, जो कि 2017 में पुलिस में कांस्टेबल था और बड़गांव से अक्षय गुदान से 4 हथियार लेकर भाग गया था। श्रोमणी अकाली दल दे जहाज चो साबका केंद्र मंत्री सुखदेव सिंह ढींडसा ते उन्हां दे सपुत्र परमिंदर ढींडसा उतर गए हैं। श्रोमणी अकाली दल वालों उन्हां नूं मुअत्तल करन दी कार्रवाई नूं लैके पंजाब चो दिल्ली गईआं रिपोर्टां कारण दिल्ली बैठी भाजपा नूं कंबणी छिड़ गई है, क्योंकि वड्डे कद दे दोवें आगूआं दी राशी खेतर च वड्डा आधार है। इसे कारण पंजाब च बैठे सारे धड़े ते अकाली दल तो खफा होए नेता सुखविंदर ढींडसा दी अगवाई कबूलन दी तैयारी कर बैठे हैं। इस संबंध च मनजीत सिंह जीके ते सरना धड़े ने दिल्ली विखे 18 जनवरी नूं पंथक इकट्ठ सद्या है। इस पंथक इकट्ठ च पंजाब विचले सरदार ढींडसा पक्षी ते टकसालियां दे दिल्ली जाण दा प्रोग्राम लिखिया गया है, जिस कारण दिल्ली बैठी भाजपा नूं डर सताउण लग पिया है कि बादल विरोधी ए नेता दिल्ली आके जेकर केजरीवाल दी मदद करन लग पए तां वड्डा सियासी नुकसान होवेगा। बादल परिवार की मालकी वाले टीवी चैनल नू ही गुरबाणी के प्रसार के हुक्मनामे के अधिकारियों का मामला काफी भग गया है। श्री अकाल तख्त साहिब कोल पुज्जियां वड्डी गिनती शिकायत मगरों आखिर इस विवाद नू गंभीरता नाल लैंदिया श्री अकाल तख्त साहिब के कार्यकारी जथेदार ज्ञानी हरप्रीत सिंह ने प्राइवेट चैनलों से SGPC नू संबंधित दस्तावेज बारे वेरवा भेजने के आदेश दिए। श्री अकाल तख्त साहिब के सूत्रों अनुसार इस विवाद संबंधी जथेदार ज्ञानी हरप्रीत सिंह ने दोवां धिरां नू हदायत दी है कि वह समुची जानकारी श्री अकाल तख्त साहिब के सकत्रेत विखे भेजन। इस विवाद ਲੈ ਕੇ ਸਿੱਖ ਸੰਗਤਾਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਦੇ ਆਧਾਰ ਤੇ ਉਹਨਾਂ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ। ਲੋਕ ਇਨਸਾਫ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਰਸਾ ਨੇ ਕਿਹਾ ਹੈ ਕਿ PTC ਚੈਨਲ ਅਧਿਕਾਰਾਂ ਸੰਬੰਧੀ ਗਲਤ ਦਾਅਵਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਿਸੇ ਕੋਲ ਗੁਰਬਾਣੀ ਨੂੰ ਵੇਚਣ ਦਾ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਗੁਰਬਾਣੀ ਦੇ ਪ੍ਰਚਾਰ ਸੰਸਾਰ ਤੇ ਰੋਕ ਲਾਉਣ ਦੀ ਇਹ ਮੰਦਭਾਗੀ ਕੋਸ਼ਿਸ਼ ਕੀਤੀ ਗਈ ਹੈ। बीते दिन अमरीका के शहर सियाटल दी किंग काउंटी विखे एक होर सिख नौजवान तजिंदर सिंह की डिप्टी शैरिफ वजो नियुक्ति हुई है, जो कि भाईचारे लिए बहुत वड्डे मान की गल है। सिख नौजवानों का उत्तरी अमरीका च पुलिस फोर्सां विच वध रहा रुझान एक चंगा संकेत मनिया जा रहा है। दसनयोग है कि इस तो पहला शहीद डिप्टी शैरिफ संदीप सिंह ने अपनी शहादत नाल सारे अमरीका नूं झंझोड़ के रख दिता सी। उम्मीद करते हैं कि डिप्टी शैरिफ तजिंदर सिंह सिख कौम का माण होर भी वधाउणगे अते होर भी नौजवान पुलिस फोर्स विच भर्ती हो ਵੱਲ ਗੌਰ ਕਰਨਗੇ। ਦੇਸ਼ ਦੁਨੀਆ ਦੀ ਹਰ ਖਬਰ ਤੇ ਨਜ਼ਰ ਰੱਖਣ ਦੇ ਲਈ ਹੁਣ ਸਾਡਾ ਡੇਲੀ ਅਤੇ ਵੀਕਲੀ ਇੰਟਰਨੈਸ਼ਨਲ ਐਡੀਸ਼ਨ ਪੜ੍ਹਨ ਦੇ ਲਈ ਲੌਗਇਨ ਕਰੋ ਸਾਡੀ ਵੈਬਸਾਈਟ ਤੇ www.apnapunjabmedia.com ਤੇ ਇਸ ਦੇ ਨਾਲ ਹੀ ਤੁਸੀਂ ਇੱਥੇ ਸਾਡਾ ਈ ਪੇਪਰ ਵੀ ਪੜ੍ਹ ਸਕਦੇ ਹੋ ਤੇ ਜਲਦੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ।